ਭਗਵੰਤ ਮਾਨ ਅਤੇ ਦਿੱਲੀ ਹਾਈਕਮਾਨ ਦਿੱਲੀ ਲੌਬੀ ਦੇ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਇਹ ਅਕਸਰ ਅਸੀਂ ਇਹ ਗੱਲਾਂ ਕਹਿੰਦੇ ਰਹੇ ਹਾਂ ਤੇ ਕੁਝ ਹੁਣ ਉਹਦੇ ਜਿਹੜੇ ਅੰਸ਼ ਨੇ ਉਹਦੀ ਜਿਹੜੀਆਂ ਗੱਲਾਂ ਨੇ ਉਹ ਬਾਹਰ ਆਉਣ ਲੱਗੀਆਂ। ਪਿਛਲੇ ਦਿਨੀ ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਆ, ਉਹਨਾਂ ਨੂੰ ਲੈ ਕੇ ਦਿੱਲੀ ਤੇ ਭਗਵੰਤ ਮਾਨ ਦੇ ਵਿਚਕਾਰ ਕਿਵੇਂ ਖੜਕੀ ਹੈ, ਬਹੁਤ ਅਹਿਮ ਜਿਹੜੀ ਹੈ ਤੁਹਾਨੂੰ ਗੱਲਬਾਤ ਜਿਹੜੀ ਆ ਦੱਸਾਂਗੇ, ਬਹੁਤ ਅਹਿਮ ਐਪੀਸੋਡ ਰਹਿਣ ਵਾਲਾ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਓਲੰਪਿਕ ਦੇਖਣ ਦੇ ਲਈ ਜਾਣਾ ਚਾਹੁੰਦੇ ਸੀ ਪਰ ਕੇਂਦਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ, ਕਹਿੰਦੇ ਮੈਂ ਹੌਸਲਾ ਅਫਜਾਈ ਕਰਨ ਜਾਣਾ ਸੀ। ਬਾਅਦ ਦੇ ਵਿੱਚ ਹਾਕੀ ਟੀਮ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ, ਪਰ ਖਿਡਾਰੀਆਂ ਨੇ ਪੈਰਿਸ ਓਲੰਪਿਕ ਦੇ ਵਿੱਚ ਭਾਗ ਲੈਣ ਗਏ ਖਿਡਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕਿਵੇਂ ਪੋਲ ਖੋਲੀ ਹੈ, ਕਿਵੇਂ ਡਰਾਮੇਬਾਜ਼ੀ ਜਿਹੜੀ ਹੈ ਸਾਹਮਣੇ ਲਿਆਂਦੀ ਹੈ, ਇਹਦੇ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ। ਔਰ ਭਗਵੰਤ ਮਾਨ ਸਰਕਾਰ ਦੀ ਪੋਲ ਖੋਲਾਂਗੇ, ਭਗਵੰਤ ਮਾਨ ਦਾ ਕਿਵੇਂ ਵੱਡਾ ਝੂਠ ਫੜਿਆ ਗਿਆ ਉਹ ਵੀ ਜਿਹੜਾ ਉਹ ਸਾਹਮਣੇ ਲਿਆਵਾਂਗੇ। ਮਸਲਾ ਕੀ ਹੈ, ਬਹੁਤ ਅਹਿਮ ਜਿਹੜੀ ਆ ਗੱਲਬਾਤ ਅਸੀਂ ਕਰਨੀ ਹੈ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਫੜੇ ਗਏ ਨੇ, ਈਡੀ ਨੇ ਜਿਹੜਾ ਉਹਨਾਂ ਨੂੰ ਫੜਿਆ ਔਰ 5 ਦਿਨ ਦੇ ਰਿਮਾਂਡ ਤੇ ਸੀਗੇ ਉਹ, ਔਰ ਰਿਮਾਂਡ ਦੇ ਦੌਰਾਨ ਹੁਣ ਕੀ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਕੁਝ ਬਹੁਤ ਅਖਬਾਰਾਂ ਦੀਆਂ ਸੁਰਖੀਆਂ ਵੀ ਬਣੀਆਂ ਨੇ, ਉਹਨਾਂ ਤੇ ਅਹਿਮ ਜਿਹੜੀ ਆ ਗੱਲਬਾਤ ਅਸੀਂ ਕਰਾਂਗੇ। ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਵਿਧਾਨ ਸਭਾ ਕਮੇਟੀ ਵੱਲੋਂ ਸਪੀਕਰ ਨੂੰ ਇੱਕ ਚਿੱਠੀ ਲਿਖੀ ਗਈ ਹੈ, ਚਿੱਠੀ ਲਿਖੀ ਗਈ ਹੈ ਸੀਬੀਆਈ ਵਿਜੀਲੈਂਸ ਜਾਂਚ ਦੇ ਲਈ, ਕਿਉਂ ਲਿਖੀ ਗਈ ਹੈ, ਕਿਹਦੇ ਖਿਲਾਫ਼ ਲਿਖੀ ਗਈ ਹੈ, ਇਸ ਤੇ ਵੀ ਬਹੁਤ ਅਹਿਮ ਚਰਚਾ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਆਂਟੀ ਸਾਹਿਬ ਜੁੜੇ ਆ, ਸਭ ਤੋਂ ਪਹਿਲਾਂ ਸਵਾਗਤ ਕਰੂੰ ਆਂਟੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਂਟੀ ਸਾਹਿਬ ਪਿਛਲੇ ਦਿਨ ਨਾ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਅਫਸਰਾਂ ਦੀ ਲਿਸਟ ਜਿਹੜੀ ਹੈ ਉਹ ਆਉਂਦੀ ਆਉਂਦੀ ਰੁਕ ਜਾਂਦੀ ਹੈ ਔਰ ਅਫਸਰ ਜਿਹੜੇ ਉਹ ਦੇਖਦੇ ਰਹਿੰਦੇ ਆ ਕਿ ਲਿਸਟ ਭਾਈ ਆਈ ਕਿਉਂ। ਆਪਾਂ ਦੱਸਿਆ ਸੀਗਾ ਕਿ ਦਿੱਲੀ ਤੇ ਭਗਵੰਤ ਮਾਨ ਲੌਬੀ ਦੇ ਵਿਚਕਾਰ ਖੜਕ ਰਹੀ ਹੈ ਜਿਹਦੇ ਕਰਕੇ ਅਫਸਰਾਂ ਦੀ ਲਿਸਟ ਜਿਹੜੀ ਆ ਫਾਈਨਲ ਹੋ ਕੇ ਵੀ ਆਊਟ ਨਹੀਂ ਹੁੰਦੀ। ਕੁਝ ਲੋਕਾਂ ਨੂੰ ਭਗਵੰਤ ਮਾਨ ਬਦਲਣਾ ਚਾਹੁੰਦੇ ਆ ਤੇ ਦਿੱਲੀ ਵਾਲੇ ਨਹੀਂ ਬਦਲਣਾ ਚਾਹੁੰਦੇ ਤੇ ਕੁਝ ਨੂੰ ਦਿੱਲੀ ਵਾਲੇ ਬਦਲਣਾ ਚਾਹੁੰਦੇ ਆ ਤੇ ਭਗਵੰਤ ਮਾਨ ਨਹੀਂ ਬਦਲਣਾ ਚਾਹੁੰਦੇ। ਕਈਆਂ ਦੀਆਂ ਨਿਯੁਕਤੀਆਂ ਭਗਵੰਤ ਕਰਨਾ ਚਾਹੁੰਦੇ ਆ ਦਿੱਲੀ ਨਹੀਂ ਕਰਨ ਦਿੰਦੀ ਤੇ ਕਈਆਂ ਦੀ ਨਿਯੁਕਤੀਆਂ ਦਿੱਲੀ ਕਰਨਾ ਚਾਹੁੰਦੀ ਆ ਤੇ ਭਗਵੰਤ ਮਾਨ ਨਹੀਂ ਕਰਨ ਦਿੰਦੇ ਜਿਹਦੇ ਕਰਕੇ ਲਿਸਟ ਰੁਕਦੀ ਹੈ। ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਗੱਲ ਠੀਕ ਨਹੀਂ ਪਰ ਪਿਛਲੇ ਦਿਨੀ ਬਦਲੀਆਂ ਹੋਈਆਂ ਨੇ ਔਰ ਉਹਦੇ ਵਿੱਚ ਸਾਫ਼ ਪਤਾ ਲੱਗ ਗਿਆ ਕਿ ਭਗਵੰਤ ਮਾਨ ਤੇ ਦਿੱਲੀ ਦੀ ਆਪਸ ਦੇ ਵਿੱਚ ਖੜਕੀ ਹੈ ਕਿਉਂਕਿ ਨਾ ਤਾਂ ਭਗਵੰਤ ਦੇ ਅਫਸਰ ਲੱਗਿਆ ਤੇ ਨਾ ਦਿੱਲੀ ਦੇ ਔਰ ਕੀ ਕੁਝ ਉੱਥੇ ਹੋਇਆ ਆਣਖੀ ਸਾਹਿਬ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਇਹ ਕਿਵੇਂ ਲਿਸਟ ਫਾਈਨਲ ਹੋਈ ਹੈ, ਕੀ ਕੁਝ ਗੱਲਬਾਤ। ਸੁਖਵਿੰਦਰ ਜੀ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਬੀਤੇ ਲੰਬੇ ਸਮੇਂ ਤੁਸੀਂ ਇਹ ਆਪਣੇ ਪ੍ਰੋਗਰਾਮ 'ਚ ਚਰਚਾ ਕਰਦੇ ਰਹੇ ਆ ਕਿ ਆਈਏਐਸ ਔਰ ਆਈਪੀਐਸ ਅਫਸਰਾਂ ਦੀਆਂ ਜਿਹੜੀਆਂ ਬਦਲੀਆਂ ਕਿਸੇ ਸਮੇਂ ਵੀ ਹੋ ਸਕਦੀਆਂ ਤੇ ਉਹਨਾਂ ਬਦਲੀਆਂ ਨੂੰ ਲੈ ਕੇ ਰਾਘਵ ਚੱਡੇ ਦੇ ਨਾਲ ਜਾਂ ਦਿੱਲੀ ਹਾਈਕਮਾਨ ਦੀ ਜਿਹੜੀਆਂ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਜਾਰੀ ਨੇ। ਜਦੋਂ ਵੀ ਲਿਸਟ ਫਾਈਨਲ ਹੋਣ ਲੱਗਦੀ ਸੀ ਸਿੱਧੂ ਸਾਹਿਬ ਉਸੇ ਵੇਲੇ ਕੋਈ ਨਾ ਕੋਈ ਝਟਕਾ ਜਿਹੜਾ ਪੈ ਜਾਂਦਾ ਰਿਹਾ ਤੇ ਬਦਲੀਆਂ ਜਿਹੜੀਆਂ ਅੱਗੇ ਪੈ ਜਾਂਦੀਆਂ ਰਹੀਆਂ। ਹੁਣ ਅੱਜ ਤੋਂ 2 ਜਾਂ 3 ਦਿਨ ਪਹਿਲਾਂ ਉਹ ਲਿਸਟ ਜਿਹੜੀ ਜਾਰੀ ਕੀਤੀ ਗਈ। ਹੁਣ ਉਹ ਲਿਸਟ ਜਿਹੜੀ ਜਾਰੀ ਕੀਤੀ ਗਈ ਜੇਕਰ ਉਸ ਲਿਸਟ ਨੂੰ ਧਿਆਨ ਨਾਲ ਵੇਖੀਏ ਤਾਂ ਉਹਦੇ ਵਿੱਚ ਸਾਫ਼ ਆ ਕਿ ਜਿਹੜੇ ਅਫਸਰ ਜਿਹੜੇ SSP ਮੁੱਖ ਮੰਤਰੀ ਸਾਹਿਬ ਦੇ ਬਲੂ ਆਈ ਬੋਇਸ ਬਣ ਕੇ ਕੰਮ ਕਰਦੇ ਰਹੇ ਆ ਬੀਤੇ ਸਮੇਂ ਦੇ ਵਿੱਚ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਨਾਲ ਨਜ਼ਦੀਕੀ ਸੰਬੰਧ ਰਹੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਬੰਧ ਰਹੇ ਆ ਉਹਨਾਂ ਦੇ, ਉਹ ਸਿੱਧੂ ਸਾਹਿਬ ਮੇਨ ਲਾਈਨ ਲਾਈਟ ਦੇ ਵਿੱਚ ਨਹੀਂ ਆਏ ਜਿਨ੍ਹਾਂ ਦੇ ਉੱਤੇ ਦਿੱਲੀ ਹਾਈਕਮਾਨ ਨੂੰ ਬੀਤੇ ਲੰਬੇ ਸਮੇਂ ਤੋਂ ਇਤਰਾਜ਼ ਸੀ ਕਿ ਹਾਂ ਭਾਈ ਇਹ ਬਦਲੀਆਂ ਜਿਹੜੀਆਂ ਇਹਨਾਂ ਵਿਅਕਤੀਆਂ ਨੂੰ ਚੁੱਕ ਕੇ ਕਿਸੇ ਦੂਜੇ ਪਾਸੇ ਕੀਤਾ ਜਾਵੇ। ਪਰ ਟਾਈਮ ਚੱਲਦਾ ਰਿਹਾ ਪਰ ਮਜਬੂਰੀ ਇਹ ਸੀ ਕਿ ਹੁਣ ਬਦਲੀਆਂ ਵੀ ਜ਼ਰੂਰੀ ਕਰਨੀਆਂ ਸਨ ਕਿਉਂਕਿ ਜਿੰਨੀ ਚੋਣਾਂ ਜਿਹੜੀਆਂ ਸਿਰ ਤੇ ਸਨ। ਤਾਂ ਫਿਰ ਕਹਿੰਦੇ ਆ ਕਿ ਦਿੱਲੀ ਹਾਈਕਮਾਨ ਦੇ ਜਿਹੜੇ ਬੰਦੇ ਇਸ ਸਾਰੇ ਸਿਨੈਰੀਓ ਦੇ ਵਿੱਚ ਐਕਟਿਵ ਸਨ ਤੇ ਦੂਜੇ ਪਾਸੇ ਮੁੱਖ ਮੰਤਰੀ, ਫਿਰ ਕਹਿੰਦੇ ਕਿ ਉੱਥੇ ਬੈਠ ਕੇ ਇਹ ਫੈਸਲਾ ਹੋਇਆ ਕਿ ਹਾਂ ਭਾਈ ਜਿਹੜੇ ਤੁਹਾਡੇ ਬੰਦੇ ਨੇ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ, ਜਿਹੜੇ ਸਾਡੇ ਬੰਦੇ ਨੇ ਜਿਹੜੇ ਤੁਸੀਂ ਨਹੀਂ ਲਾਉਣੇ ਚਾਹੁੰਦੇ ਫਿਰ ਉਹ ਵੀ ਨਾਲ, ਫਿਰ ਵਿਚਕਾਰਲਾ ਰਸਤਾ ਜਿਹੜਾ ਉਹ ਸਿੱਧੂ ਸਾਹਿਬ ਕੱਢੇ ਲੈ ਜਾਣਾ ਚਾਹੀਦਾ। ਥੋੜ੍ਹਾ ਜਿਹਾ ਦੱਸ ਦਈਏ ਇੱਥੇ ਦਰਸ਼ਕਾਂ ਨੂੰ
ਕਿ ਜਿਹੜੇ ਭਗਵੰਤ ਮਾਨ ਦੇ ਪਰਿਵਾਰ ਦੇ ਨੇੜੇ ਐਸਐਸਪੀ ਮੰਨੇ ਜਾਂਦੇ ਸੀ, ਜਿਹੜੇ ਭਗਵੰਤ ਮਾਨ ਦੇ ਬਲੂ ਆਈਡ ਐਸਐਸਪੀ ਮੰਨੇ ਜਾਂਦੇ ਸੀ ਤਿੰਨ ਚਾਰ, ਉਹਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲੀ। ਔਰ ਉਹਨਾਂ ਬਾਰੇ ਚਰਚਾ ਇਹ ਸੀ ਕਿ ਇਹ ਭਗਵੰਤ ਮਾਨ ਦੇ ਬੜੇ ਨੇੜੇ ਔਰ ਵੱਡੇ ਜ਼ਿਲ੍ਹਿਆਂ 'ਚ ਜਾਣਗੇ, ਪਰ ਉਹ ਸਾਰੇ ਦੇ ਸਾਰੇ ਜਿਹੜੇ ਖੁੱਡੇ ਲਾਈਨ ਲਾ ਦਿੱਤੇ ਗਏ। ਔਰ ਕੁਝ ਅਫਸਰਾਂ ਬਾਰੇ ਇਹ ਸੀ ਕਿ ਇਹ ਦਿੱਲੀ ਦੇ ਬੜਾ ਨੇੜੇ, ਇਹ ਅਫਸਰ ਫਲਾਣੇ ਦੇ ਬੜਾ ਨੇੜੇ ਨੇ ਦਿੱਲੀ ਵਾਲੇ ਦੇ, ਤੇ ਇਹਨੇ ਤਾਂ ਕਮਿਸ਼ਨਰ ਲੱਗਣਾ ਹੀ ਲੱਗਣਾ ਜਾਂ ਇਹਨੇ ਕਿਤੇ ਨਾ ਕਿਤੇ ਰੇਂਜ ਦੇ ਵਿੱਚ ਲੱਗਣਾ ਹੀ ਲੱਗਣਾ। ਉਹ ਵੀ ਜਿਹੜੇ ਖੁੱਡੇ ਲਾਈਨ ਲਾ ਦਿੱਤੇ ਗਏ, ਇੱਕ ਦੋ ਵੱਡੇ ਅਫਸਰਾਂ ਦੀਆਂ ਗੱਲਾਂ ਚੱਲਦੀਆਂ ਸੀ। ਜਿਹੜੇ ਦਿੱਲੀ ਦੇ ਨੇੜੇ ਸੀ ਉਹ ਵੀ ਖੁੱਡੇ ਲਾਈਨ ਲੱਗ ਗਿਆ, ਜਿਹੜੇ ਪੰਜਾਬ ਵਾਲਿਆਂ ਦੇ ਨੇੜੇ ਸੀ। ਮੈਂ ਫਿਰ ਦੱਸ ਦਿੰਦਾ ਕਿ ਜਿਹੜੇ ਭਗਵੰਤ ਮਾਨ ਦੇ ਅਫਸਰ ਨੇੜੇ ਸੀ, ਜਿਹੜੇ ਉਹਦੇ ਬਲੂ ਆਈਡ ਬੁਆਏ ਸੀ ਔਰ ਪਰਿਵਾਰ ਦੇ ਨੇੜੇ ਕੁਝ ਐਸਐਸਪੀ ਸੀ, ਉਹਨਾਂ ਦੀਆਂ ਜਿਹੜੀਆਂ ਬਦਲੀਆਂ ਖੁੱਡੇ ਲਾਈਨ ਕਰ ਦਿੱਤੀਆਂ ਗਈਆਂ ਨੇ। ਜਿਹੜੇ ਦਿੱਲੀ ਵਾਲਿਆਂ ਦੇ ਨੇੜੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਦਿੱਲੀ ਵਾਲਿਆਂ ਦੇ ਨੇੜੇ ਲੱਗ ਕੇ ਕਮਿਸ਼ਨਰ ਲੱਗ ਜਾਂਗੇ, ਕਮਿਸ਼ਨਰ ਆਫ ਪੁਲਿਸ, ਉਹ ਵੀ ਖੁੱਡੇ ਲਾਈਨ ਲਾ ਦਿੱਤੇ ਗਏ। ਭਾਵ ਕਿ ਨਾ ਭਗਵੰਤ ਨੇ ਦਿੱਲੀ ਵਾਲਿਆਂ ਨੇ ਚੱਲਣ ਦਿੱਤੀ ਹੈ, ਨਾ ਦਿੱਲੀ ਵਾਲਿਆਂ ਨੇ ਭਗਵੰਤ ਦੀ ਚੱਲਣ ਦਿੱਤੀ ਹੈ। ਦਿੱਲੀ ਵਾਲਿਆਂ ਨੇ ਭਗਵੰਤ ਦੇ ਅਫਸਰ ਹਟਾ ਦਿੱਤੇ ਨੇ ਔਰ ਭਗਵੰਤ ਨੇ ਦਿੱਲੀ ਵਾਲਿਆਂ ਦੇ ਅਫਸਰ ਨਹੀਂ ਲੱਗਣ ਦਿੱਤੇ। ਕਹਿਣ ਦਾ ਭਾਵ ਇਹ ਬਦਲੀਆਂ ਨੂੰ ਲੈ ਕੇ ਜਿਹੜੀ ਆਪਸੀ ਖਿੱਚੋਤਾਣ, ਇਹ ਵਾਕਈ ਜਿਹੜੇ ਅੰਦਰਲੇ ਅਫਸਰ ਨੇ, ਜਿਹੜੇ ਅਫਸਰ ਨੇ ਜਿਹੜੇ ਇਸ ਪੂਰੀ ਸਥਿਤੀ ਨੂੰ ਤਬਾਦਲਿਆਂ ਦੀ ਨੂੰ ਸਮਝਦੇ ਆ ਔਰ ਜਿਨ੍ਹਾਂ ਨੂੰ ਪਤਾ ਕਿ ਕੌਣ ਕਿਹਦੇ ਕਿਹਦੇ ਨੇੜੇ ਸੀ, ਉਹ ਤਾਂ ਸਾਰੀ ਗੱਲ ਸਮਝਦੇ ਆ, ਬਾਕੀ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਗੱਲ ਚੱਲ ਕੀ ਰਹੀ ਹੈ। ਸਿੱਧੂ ਸਾਹਿਬ ਬਿਲਕੁਲ, ਇਹਦੇ 'ਚ ਸਾਡੇ ਦਰਸ਼ਕ ਵੀ ਜਾਣਦੇ ਹੋਣਗੇ ਕਿ ਬੀਤੇ ਲੰਬੇ ਸਮੇਂ ਤੋਂ ਬੜੇ ਐਸਐਸਪੀ ਜਿਹੜੇ ਵੱਖ ਵੱਖ ਥਾਵਾਂ ਤੇ ਲੱਗੇ ਰਹੇ ਨੇ ਤੇ ਜਿਹੜੇ ਖਾਸ ਤੌਰ ਤੇ ਸਿੱਧੀ ਰਿਪੋਰਟ ਜਿਹੜੀ ਆ ਭਗਵੰਤ ਮਾਨ ਨੂੰ ਜਾਂ ਉਹਦੇ ਪਰਿਵਾਰਕ ਮੈਂਬਰਾਂ ਨੂੰ ਕਰਦੇ ਰਹੇ ਆ, ਉਹ ਦਰਸ਼ਕ ਵੀ ਜਾਣਦੇ ਕਿਹੜੇ ਨਾਮ ਨੇ ਤੇ ਤਿੰਨ ਚਾਰ ਤੁਸੀਂ ਇਸ਼ਾਰਾ ਕਰ ਹੀ ਦਿੱਤਾ ਗਿਆ। ਸੋ ਗੱਲ ਤੁਹਾਡੇ ਬਾਰੇ ਬਿਲਕੁਲ ਠੀਕ ਆ ਕਿ ਨਾ ਤਾਂ ਦਿੱਲੀ ਹਾਈਕਮਾਨ ਨੇ ਉਹਨਾਂ ਦੇ ਲੱਗਣ ਦਿੱਤੇ ਤੇ ਨਾ ਹੀ ਭਗਵੰਤ ਮਾਨ ਨੇ ਦਿੱਲੀ ਲੌਬੀ ਦੇ ਜਿਹੜੇ ਲੱਗਣ ਦਿੱਤੇ, ਵਿਚਕਾਰ ਦਾ ਰਸਤਾ ਜਿਹੜਾ ਉਹ ਕੱਢ ਲਿਆ ਗਿਆ। ਹੁਣ ਸਿੱਧੂ ਸਾਹਿਬ ਗੱਲ ਇਹ ਵੇਖਣ ਵਾਲੀ ਆ ਕਿ ਇਹ ਜਿਹੜੇ ਕਰਤੇ ਦਿੱਤਾ ਗਿਆ ਇੱਕ ਬਦਲੀਆਂ ਕਰਕੇ ਇੱਕ ਮਾਹੌਲ ਤਾਂ ਸ਼ਾਂਤ ਤਰੀਕੇ ਨਾਲ ਉਸਾਰ ਦਿੱਤਾ ਗਿਆ। ਪ੍ਰਸ਼ਨ ਹੁਣ ਇਹ ਹੈ ਜਾਂ ਵੇਖਣ ਵਾਲੀ ਸਥਿਤੀ ਇਹ ਆ ਕਿ ਇਹ ਟਾਈਮ ਕਿੰਨਾ ਕੁ ਚਿਰ ਤੱਕ ਚੱਲੂਗਾ, ਕਿ ਆਉਂਦਿਆਂ ਦੇ ਵਿੱਚ ਫਿਰ ਬਦਲੀਆਂ ਹੋ ਸਕਦੀਆਂ ਜਾਂ ਨਹੀਂ ਹੋਣਗੀਆਂ, ਕਿਉਂਕਿ ਬੀਤੇ 2.5 ਸਾਲਾਂ ਦੇ ਵਿੱਚ ਸਿੱਧੂ ਸਾਹਿਬ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਤਿਹਾਸ ਰਿਹਾ ਕਿ ਜਦੋਂ ਐਸਐਸਪੀ ਅਜੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਜਾਂਦਾ ਤੇ ਅਜੇ ਉੱਥੋਂ ਦੇ ਹਾਲਾਤ ਉਹਨੂੰ ਸਮਝ ਨਹੀਂ ਹੁੰਦੇ ਆ, ਉਸੇ ਵੇਲੇ ਉਹਦੀ ਬਦਲੀ ਕਰਕੇ ਕਿਤੇ ਦੂਜੇ ਜ਼ਿਲ੍ਹੇ 'ਚ ਭੇਜ ਦਿੱਤਾ ਜਾਂਦਾ। ਇਹ ਬੀਤੇ ਸਮੇਂ ਦੇ ਇਤਿਹਾਸ ਦੀ ਮੈਂ ਗੱਲ ਕਰ ਰਿਹਾ। ਸੋ ਜੇਕਰ ਹੁਣ ਇਹ ਐਸਐਸਪੀ ਜਿਹੜੇ ਨਵੇਂ ਲਾਏ ਨੇ ਜਾਂ ਪੁਰਾਣੇ ਕੱਢ ਕੇ ਦੂਜੇ ਥਾਵਾਂ ਤੇ ਲਾਏ ਨੇ, ਜਿਹੜੇ ਸਾਂਝੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਦਿੱਲੀ ਲੌਬੀ ਨੂੰ ਵੀ ਮਨਜ਼ੂਰ ਹੋਣਗੇ ਤੇ ਆਮ ਆਦਮੀ ਪੰਜਾਬ ਲੌਬੀ ਨੂੰ ਵੀ ਮਨਜ਼ੂਰ ਹੋਣਗੇ, ਵੇਖਣ ਵਾਲੀ ਗੱਲ ਕਿ ਕਿੰਨਾ ਕੁ ਚਿਰ ਟਿਕਦੇ ਆ, ਕਿ ਭਗਵੰਤ ਮਾਨ ਹੁਣੀ ਇਹਨਾਂ ਨੂੰ ਟਿਕੇ ਰਹਿਣ ਦੇਣਗੇ ਤੇ ਜਾਂ ਫਿਰ ਇਹ ਵੀ ਚੱਲਦੇ ਬਣ ਕੇ ਇੱਕ ਦੋ ਮਹੀਨਿਆਂ ਦੇ ਵਿੱਚ। ਇਹ ਜਿਹੜੀ ਗੱਲ ਜ਼ਰੂਰ ਹੈਗੀ ਆ, ਪਰ ਸਿੱਧੂ ਸਾਹਿਬ ਆਹ ਗੱਲ ਪੂਰਨ ਤੌਰ ਤੇ ਸਹੀ ਆ ਕਿ ਜਿਹੜੀ ਖਟਾਸ ਆ ਉਹ ਜ਼ਰੂਰ ਇਸ ਬਦਲੀਆਂ ਦੇ ਰੂਪ 'ਚ ਸਾਹਮਣੇ ਆਈ ਆ। ਹੁਣ IAS ਅਫਸਰਾਂ ਦੀਆਂ ਬਦਲੀਆਂ ਦੇ ਉੱਤੇ ਨਜ਼ਰ ਹੈਗੀ ਆ ਲੋਕਾਂ ਦੀ ਔਰ ਅਫਸਰ ਸ਼ਾਹੀ ਦੀ ਵੀ ਕਿ ਹਾਂ ਵੀ ਉਹਨਾਂ ਦੀ ਲਿਸਟ ਕਦੋਂ ਫਾਈਨਲ ਹੁੰਦੀ ਆ। ਲੱਗਦਾ ਤਾਂ ਇਹੋ ਆ ਕਿ ਜਿਮਨੀ ਚੋਣਾਂ ਦੇ ਸੰਦਰਭ ਦੇ ਵਿੱਚ ਖਾਸ ਤੌਰ ਤੇ ਇਹ ਜਿਹੜੀਆਂ ਬਦਲੀਆਂ ਹੋਈਆਂ ਨੇ ਜਿਹੜੇ SSP ਲਾਏ ਨੇ, ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਜਿਮਨੀ ਚੋਣਾਂ ਜਿਹੜੀਆਂ ਹੋਣੀਆਂ ਨੇ 15 ਅਗਸਤ ਤੋਂ ਬਾਅਦ, ਜਿਹਨਾਂ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ, ਉਹਨਾਂ ਦੇ ਮੱਦੇਨਜ਼ਰ ਰੱਖ ਕੇ ਹੀ ਇਹ ਟ੍ਰਾਂਸਫਰ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਬਾਕੀ ਦੇਖੋ ਹੁਣ ਇਸ ਚੀਜ਼ ਨੂੰ ਲੈ ਕੇ ਦੋਵੇਂ ਧਿਰਾਂ ਭਾਵ ਦਿੱਲੀ ਹਾਈਕਮਾਨ ਤੇ ਭਗਵੰਤ ਮਾਨ ਦੀ ਲੌਬੀ ਕਿਸ ਹੱਦ ਤੱਕ ਸੰਤੁਸ਼ਟ ਹੁੰਦੇ ਆ, ਕਿਸ ਹੱਦ ਤੱਕ ਸਹਿਮਤੀ ਪ੍ਰਗਟਾਉਂਦੇ ਨੇ, ਇਹ ਤਾਂ ਸਿੱਧੂ ਸਾਹਿਬ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹਨਾਂ ਬਦਲੀਆਂ ਨੇ ਇਹ ਦਰਸਾਤਾ ਕਿ ਦਿੱਲੀ ਲੌਬੀ ਤੇ ਪੰਜਾਬ ਲੌਬੀ ਦੇ ਵਿਚਕਾਰ ਇਸ ਵੇਲੇ ਵੀ ਉਸ ਤਰੀਕੇ ਦਾ ਸਭ ਕੁਝ ਅੱਛਾ ਨਹੀਂ ਹੈਗਾ ਜਿਹੋ ਜਿਹਾ ਹੋਣਾ ਚਾਹੀਦਾ ਸੀ। ਚਲੋ ਉੱਧਰ ਗੱਲ ਜੇ ਕਰ ਲਈਏ, ਅਣਖੀ ਸਾਹਿਬ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਪੈਰਿਸ ਓਲੰਪਿਕ ਦੇਖਣ ਜਾਣ ਦੀ ਜਿਹੜੀ ਇਜਾਜ਼ਤ ਮਿਲੀ, ਮੁੱਖ ਮੰਤਰੀ ਨੇ ਫਿਰ ਹਾਕੀ ਟੀਮ ਨੂੰ ਫੋਨ ਲਾਇਆ, ਉੱਥੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ, ਜੀ ਮੈਂ ਤਾਂ ਤੁਹਾਨੂੰ ਆਉਣਾ ਚਾਹੁੰਦਾ ਸੀ ਸਪੋਰਟ ਕਰਨ ਵਾਸਤੇ ਨਾ, ਇਹਨਾਂ ਨੇ ਉਹ ਨਹੀਂ ਦਿੱਤਾ ਤੇ ਕਹਿੰਦੇ ਮੈਂ ਤਾਂ ਹੁਣ ਵੀ ਅਸੀਂ ਤੁਹਾਡੇ ਜਿਹੜਾ ਉਹ ਨਾਲ ਹੈਗੇ ਆ। ਚਲੋ ਬੜੀ ਚੰਗੀ ਗੱਲ ਲੱਗੀ ਇੱਥੋਂ ਤੱਕ ਕਿ ਮੁੱਖ ਮੰਤਰੀ ਭਾਈ ਸਾਡਾ ਸਾਡੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਵਾਸਤੇ ਜਾਣਾ ਚਾਹੁੰਦਾ, ਕੇਂਦਰ ਨੇ ਜਾਣ ਕਿਉਂ ਨਹੀਂ ਦਿੱਤਾ? ਕੇਂਦਰ ਕਹਿੰਦਾ ਵੀ ਇਹਨਾਂ ਨੇ ਲੇਟ ਅਪਲਾਈ ਕੀਤਾ। ਔਰ ਫਿਰ ਦੂਜੇ ਪਾਸੇ
ਇਹ ਸਿਫਤੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ, ਮੁੱਖ ਮੰਤਰੀ ਨੂੰ ਇਜਾਜ਼ਤ ਨਾ ਦੇ ਕੇ। ਪੰਜਾਬ ਦੇ ਖਿਡਾਰੀ ਹਾਕੀ ਦੇ ਵਿੱਚ ਸਭ ਤੋਂ ਵੱਧ ਗਏ ਆ, ਅਸੀਂ ਹੌਸਲਾ ਅਫਜਾਈ ਕਰਨੀ ਸੀ, ਇੱਥੋਂ ਤੱਕ ਲੱਗਦਾ ਹੀ ਠੀਕ ਹੈ। ਪਰ ਜਿਹੜਾ ਪੰਜਾਬ ਦਾ ਇੱਕ ਨਿਸ਼ਾਨੇਬਾਜ਼, ਪੰਜਾਬ ਦਾ ਇੱਕ ਸ਼ੂਟਰ ਜਿਹੜਾ ਬਬੂਤਾ ਸਾਹਿਬ, ਉਹ ਜਦੋਂ ਬੋਲਦੇ ਆ ਕੱਲ ANI ਦੇ ਉੱਪਰ, ਉਹ ਪੋਲੀ ਖੋਲ ਦਿੰਦੇ ਆ ਮੁੱਖ ਮੰਤਰੀ ਦੀ। ਉਹ ਕਹਿੰਦੇ ਕਿ ਸਾਰੀਆਂ ਸਟੇਟਾਂ ਦੇ CM ਓਲੰਪਿਕ ਜਾਣ ਤੋਂ ਪਹਿਲਾਂ ਸਾਰਿਆਂ ਨੇ ਹੌਸਲਾ ਅਫਜਾਈ ਕੀਤੀ, ਸਪੋਰਟਸ ਮਿਨਿਸਟਰਾਂ ਨੇ ਕੀਤੀ, ਹੈ ਛੱਡਣ ਤੱਕ ਜਿਹੜਾ ਉਹ ਆਏ ਏਅਰਪੋਰਟਾਂ ਤੇ। ਸਾਡੇ ਵਾਲੇ ਨੇ ਕਹਿੰਦੇ ਗੱਲ ਹੀ ਨਹੀਂ ਸਾਡੀ ਸੁਣੀ ਕੋਈ, ਔਰ ਕਹਿੰਦੇ ਸਾਡੀ ਤਾਂ ਸਪੋਰਟਸ ਪਾਲਿਸੀ ਬਹੁਤ ਖਰਾਬ ਹੈ। ਔਰ ਇਸ ਤੋਂ ਪਹਿਲਾਂ ਇਹ ਨਹੀਂ ਹੈ ਕਿ ਪੰਜਾਬ ਸਰਕਾਰ ਦੀ ਕਿਸੇ ਓਲੰਪੀਅਨ ਨੇ, ਮੌਜੂਦਾ ਓਲੰਪੀਅਨ ਨੇ ਪੰਜਾਬ ਸਰਕਾਰ ਦੀ ਸਪੋਰਟਸ ਪਾਲਿਸੀ ਦੀ ਪੋਲ ਖੋਲੀ ਹੋਵੇ। ਇਸ ਤੋਂ ਪਹਿਲਾਂ ਏਸ਼ੀਆ ਦੇ ਵਿੱਚ ਮੈਡਲ ਲੈ ਕੇ ਆਈ ਕੁੜੀ ਹਰਮਿਲਨ ਹੈ ਜਿਹੜੀ, ਉਹਨੇ ਵੀ ਪੋਲ ਖੋਲਤੀ ਸੀ ਪੰਜਾਬ ਸਰਕਾਰ ਦੀ ਪਾਲਿਸੀ ਦੀ। ਵੱਡੇ ਵੱਡੇ ਦਮਗ ਜੇ ਮਾਰ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ, ਇਹ ਡਰਾਮੇ ਕਰਨ ਦੀ ਬਜਾਏ ਇਹ ਕੰਮ ਕਿਉਂ ਨਹੀਂ ਕਰਦੇ? ਖਿਡਾਰੀ ਤੁਹਾਡੀ ਤਾਰੀਫ ਕਰਨ, ਤੇ ਜਦੋਂ ਤੁਸੀਂ ਕੰਮ ਹੀ ਕੋਈ ਨਹੀਂ ਕਰਨਾ, ਫਿਰ ਖਿਡਾਰੀ ਇਸੇ ਤਰੀਕੇ ਨਾਲ ਪੋਲ ਖੋਲਣਗੇ। ਇਹ ਮੁੱਖ ਮੰਤਰੀ ਦਾ ਵੀ ਮੈਨੂੰ ਲੱਗਦਾ ਸਮਾਂ ਮਾੜਾ ਹੀ ਚੱਲ ਰਿਹਾ, ਡਰਾਮਾ ਕਰਕੇ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਆ, ਪਰ ਅਜਿਹੀ ਚੀਜ਼ ਸਾਹਮਣੇ ਆ ਜਾਂਦੀ ਹੈ ਕਿ ਉਹ ਡਰਾਮਾ ਸਾਰਾ ਜ਼ੀਰੋ ਕਰ ਦਿੰਦਾ। ਸੁਖਵਿੰਦਰ ਜੀ, ਜਦੋਂ ਅਰਜਨ ਬਬੂਟੇ ਦੀ ਆ ਖਬਰ ਜਦੋਂ ਮੈਂ ਸੁਣੀ ਜਾਂ ਪੜ੍ਹੀ, ਤਾਂ ਸੁਖਵਿੰਦਰ ਜੀ ਮੈਨੂੰ ਇਸ ਖਬਰ ਦੇ ਸੰਬੰਧੀ ਤਾਂ ਬਾਅਦ 'ਚ ਚੇਤਾ ਆਇਆ ਕਿ ਚਲੋ ਅਰਜਨ ਬਬੂਟੇ ਨੇ ਤਾਂ ਗੱਲ ਬਾਅਦ 'ਚ ਕਰਦੇ ਹਾਂ, ਮੈਨੂੰ ਮੁੱਖ ਮੰਤਰੀ ਸਾਹਿਬ ਦਾ ਉਹ ਇੱਕ ਪ੍ਰੈਸ ਕਾਨਫਰੰਸ 'ਚ ਯਾਦ ਆ ਗਈ ਜਿਹਦੇ ਵਿੱਚ ਇੱਕ ਖਿਡਾਰੀ ਨੂੰ ਲੈ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਤੇ ਚਰਨਜੀਤ ਸਿੰਘ ਚੰਨੀ ਦੇ ਜਦੋਂ ਮੁੱਖ ਮੰਤਰੀ ਸਾਹਿਬ ਇਲਜ਼ਾਮ ਉੱਤੇ ਲਾਏ ਕਿ ਹਾਂ ਵੀ ਇਹ ਖਿਡਾਰੀ ਸੀ ਤੇ ਇਹਨੂੰ ਨੌਕਰੀ ਦੇਣ ਦੇ ਬਦਲੇ 2 ਕਰੋੜ ਦੀ ਰਿਸ਼ਵਤ ਜਿਹੜੀ ਸੀ ਕਥਾ ਤੌਰ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਮੰਗੀ ਗਈ ਤੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ, ਤਾਂ ਉਸ ਵਕਤ ਮੈਨੂੰ ਇਸ ਤਰ੍ਹਾਂ ਲੱਗਾ ਕਿ ਵਾਕਈ ਭਗਵੰਤ ਮਾਨ ਹੁਣੀ ਖਿਡਾਰੀਆਂ ਦੇ ਪ੍ਰਤੀ ਔਰ ਪੰਜਾਬ ਦੇ ਵਿੱਚ ਜੋ ਕੁਝ ਖਿਡਾਰੀ ਬੀਤੇ ਸਮੇਂ ਚ ਸੋਚਦੇ ਆ, ਇੱਕ ਨਵੀਂ ਸੋਚ ਲੈ ਕੇ ਮੁੱਖ ਮੰਤਰੀ ਸਾਹਿਬ ਆਏ ਆ ਜਿਹਨਾਂ ਨੇ ਖਿਡਾਰੀਆਂ ਦੇ ਹੱਕ ਵਿੱਚ ਜਿਹੜੇ ਨਿਤਰੇ ਨੇ ਪ੍ਰੈਸ ਕਾਨਫਰੰਸ ਕਰਕੇ, ਤੇ ਉਹ ਗੱਲ ਫਿਰ ਉੱਥੇ ਦੀ ਉੱਥੇ ਰਹਿ ਗਈ। ਬੀਤੇ ਲੰਬੇ ਸਮੇਂ ਦੇ ਵਿੱਚ ਜਦੋਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਸੀ, ਤੁਸੀਂ ਸਭ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਸਾਹਿਬ ਨੇ ਖਿਡਾਰੀਆਂ ਦੇ ਪ੍ਰਤੀ ਔਰ ਖੇਡ ਮੰਤਰੀ ਮੀਤ ਹੇਅਰ ਨੇ ਵੀ ਬੜੀ ਬੁਰੇ ਬਿਆਨ ਦਿੱਤੇ ਨੇ ਕਿ ਹਾਂ ਵੀ ਖਿਡਾਰੀਆਂ ਦੀ ਸੁਣੀ ਜਾਊਗੀ, ਖਿਡਾਰੀ ਨੂੰ ਇਹ ਦਿੱਤਾ ਜਾਊਗਾ, ਉਹ ਦਿੱਤਾ ਜਾਊਗਾ, ਜਿਹੜੇ ਓਲੰਪਿਕ ਲਿਆ ਕੇ ਮੈਡਲ ਜਿੱਤ ਕੇ, ਇਹੋ ਜਿਹੀਆਂ ਗੱਲਾਂ ਬਾਤਾਂ ਬੀਤੇ ਸਮੇਂ 'ਚ ਕਰਦੇ ਰਹੇ ਆ। ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਕੱਲ ਉਹਨਾਂ ਨੂੰ ਹਾਕੀ ਦੇ ਖਿਡਾਰੀਆਂ ਮੈਚ ਉੱਤੇ ਵੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਦੋਂ ਵੀ ਮੁੱਖ ਮੰਤਰੀ ਸਾਹਿਬ ਨੇ ਬੜਾ ਇਤਰਾਜ਼ ਜਿਹੜਾ ਪ੍ਰਗਟ ਕੀਤਾ। ਪਰ ਐਨ ਉਸੇ ਸਮੇਂ ਅਰਜਨ ਬਬੂਟਾ ਦਾ ਇਹ ਬਿਆਨ ਸਾਹਮਣੇ ਆਉਂਦਾ, ਇਹ ਵੀਡੀਓ ਸਾਹਮਣੇ ਆਉਂਦੀ ਹੈ ਸਿੱਧੂ ਸਾਹਿਬ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਜਾਣ ਲਾਇਆ ਕਿ ਇਸ ਤੋਂ ਪਹਿਲਾਂ ਆਹ ਤਾਂ ਕੱਲ੍ਹ ਦਾ ਦ੍ਰਿਸ਼ ਹੈ ਨਾ ਜਦੋਂ ਜਿੱਤ ਕੇ ਆਏ ਆ, ਉਹ ਕਹਿੰਦੇ ਉਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਕਈ ਪ੍ਰਾਪਤੀਆਂ ਜਿਹੜੀਆਂ ਨੇ ਉਹਨਾਂ ਨੇ ਕੀਤੀਆਂ ਨੇ, ਤਾਂ ਉਹਨਾਂ ਪ੍ਰਾਪਤੀਆਂ ਦੇ ਆਧਾਰ ਤੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਦੇ ਖੇਡ ਮੰਤਰੀ ਨੂੰ ਕਈ ਵਾਰੀ ਬੇਨਤੀ ਕੀਤੀ ਹੈ ਕਿ ਹਾਂ ਭਈ ਸਾਨੂੰ ਕੋਈ ਨੌਕਰੀ ਜਿਹੜੀ ਆ ਦਿੱਤੀ ਜਾਵੇ, ਤੇ ਕਹਿੰਦੇ ਨੇ ਕਿ ਇਹਦੇ ਜਵਾਬ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਕਿ ਸਾਡੀ ਇਹੋ ਜਿਹੀ ਕੋਈ ਨੀਤੀ ਜਿਹੜੀ ਆ ਉਹ ਹੈ ਨਹੀਂ। ਹੁਣ ਜੇ ਤੁਹਾਡੀ ਇਹੋ ਜਿਹੀ ਨੀਤੀ ਕੋਈ ਨਹੀਂ, ਤਾਂ ਫਿਰ ਤੁਸੀਂ ਪੰਜਾਬ ਦੇ ਖਿਡਾਰੀਆਂ ਦੇ ਝੂਠੇ ਵਾਅਦੇ ਕਿਉਂ ਕਰਦੇ ਜੇ? ਨੰਬਰ 1। ਨੰਬਰ 2, ਹੁਣ ਜੇਕਰ ਉਹ ਜਿੱਤ ਕੇ ਆਏ ਨੇ, ਬਾਕੀ ਸਟੇਟਾਂ ਚਾਹੇ ਹਰਿਆਣਾ ਆ ਚਾਹੇ ਦੂਸਰੀਆਂ ਸਟੇਟਸ ਨੇ, ਉਹ ਆਪਣੇ ਖਿਡਾਰੀਆਂ ਦਾ ਪੂਰਨ ਤੌਰ ਤੇ ਮਾਣ ਸਨਮਾਨ ਕਰ ਰਹੇ ਨੇ ਤੇ ਔਰ ਬਕਾਇਦਾ ਤੌਰ ਤੇ ਉਹਨਾਂ ਨੂੰ ਨੌਕਰੀਆਂ ਜਾਂ ਸਰਕਾਰੀ ਉਹ ਸਹੂਲਤਾਂ ਜਿਹਨਾਂ ਦੇ ਉਹ ਹੱਕਦਾਰ ਨੇ ਉਹਨਾਂ ਦਾ ਦੇਣ ਦਾ ਉਹ ਐਲਾਨ ਕਰ ਰਹੇ ਆ। ਤੇ ਸਾਡੇ ਪੰਜਾਬ ਦੀ ਸਥਿਤੀ ਇਹ ਆ ਕਿ ਖਿਡਾਰੀ ਓਲੰਪਿਕ ਦੇ ਵਿੱਚੋਂ ਜਿੱਤ ਕੇ ਆਉਂਦਾ ਤਾਂ ਉਹਦੇ ਸਵਾਗਤ ਵਾਸਤੇ ਮੁੱਖ ਮੰਤਰੀ ਤਾਂ ਕੀ, ਚਲੋ ਮੁੱਖ ਮੰਤਰੀ ਨੂੰ ਤਾਂ ਬਹੁਤ ਕੰਮ ਨੇ, ਦੂਸਰੇ ਪਾਸੇ ਖੇਡ ਮੰਤਰੀ ਨੂੰ ਚਲੋ ਪਤਾ ਨਹੀਂ ਹੁਣ ਮੰਤਰੀ ਹੈਗਾ ਕਿ ਨਹੀਂ ਹੈਗਾ, ਪਤਾ ਨਹੀਂ ਕਿਹਦੇ ਕੋਲ ਮਹਿਕਮਾ, ਉਹ ਵੀ ਛੱਡੋ, ਕੋਈ ਵੀ ਸਰਕਾਰੀ ਅਧਿਕਾਰੀ ਜਿਹੜਾ ਆ ਉਹ ਵੀ ਉਸਦੇ ਸਵਾਗਤ ਵਾਸਤੇ ਉੱਥੇ ਨਹੀਂ ਪਹੁੰਚਦਾ। ਹੁਣ ਇਸ ਤੋਂ ਵੱਡੀ ਤ੍ਰਾਸਦੀ ਜਿਹੜੀ ਆ ਕੀ ਹੋ ਸਕਦੀ ਆ ਆਮ ਆਦਮੀ ਪਾਰਟੀ ਦੀਆਂ ਇਹਨਾਂ ਨੀਤੀਆਂ ਦੀ, ਤੇ ਦੂਜੇ ਪਾਸੇ ਖਿਡਾਰੀਆਂ ਦੀ, ਉਹ ਖਿਡਾਰੀ ਜਿਹੜਾ ਸਭ ਤੋਂ ਪਹਿਲਾਂ ਤਾਂ ਭਾਰਤ ਦਾ ਨਾਮ ਉੱਚਾ ਕਰਦੇ, ਫਿਰ ਦੂਸਰੇ ਪਾਸੇ ਉਹਨਾਂ ਦਾ ਸਟੇਟ ਉਹਨਾਂ ਦੀ ਪਹਿਚਾਣ ਹੁੰਦੀ ਹੈ। ਤਾਂ ਸਿੱਧੂ ਸਾਹਿਬ ਭਾਰਤ ਦੇ ਜਦੋਂ ਏਅਰਪੋਰਟ ਤੇ ਉਤਰੇ, ਉੱਥੇ ਸਵਾਗਤ ਕੀਤਾ ਕਿ ਨਹੀਂ ਕੀਤਾ, ਉਹ ਇੱਕ ਡਿਫਰੈਂਟ ਇਸ਼ੂ ਆ।
ਪਰ ਜਦੋਂ ਤੁਸੀਂ ਆਪਣੀ ਸਟੇਟ ਦੇ ਵਿੱਚ ਆਉਂਦੇ ਜੇ, ਠੀਕ ਆ ਮੁੱਖ ਮੰਤਰੀ ਸਾਹਿਬ ਬਹੁਤ ਬਿਜ਼ੀ ਨੇ, ਦੂਜੇ ਪਾਸੇ ਖੇਡ ਮੰਤਰੀ ਦਾ ਪਤਾ ਨਹੀਂ, ਕੋਈ ਸਰਕਾਰੀ ਅਧਿਕਾਰੀ ਦਾ ਘੱਟੋ ਘੱਟ ਉਸਦੇ ਸਵਾਗਤ ਵਾਸਤੇ ਉੱਥੇ ਪਹੁੰਚ ਸਕਦਾ, ਚਲੋ ਉਹ ਵੀ ਛੱਡੋ, ਜਦੋਂ ਉਹ ਵਿਅਕਤੀ ਇੱਥੇ ਪਹੁੰਚ ਜਾਂਦਾ ਤਾਂ ਨੌਕਰੀ ਦੇ ਸੰਬੰਧੀ ਗੱਲ ਕਰਦਾ ਤਾਂ ਕਿਸੇ ਵੀ ਤਰੀਕੇ ਦਾ ਭਰੋਸਾ ਵੀ ਜਿਹੜਾ ਉਹਨੂੰ ਨਹੀਂ ਦਿੱਤਾ ਜਾਂਦਾ ਕਿ ਹਾਂ ਵੀ ਤੁਹਾਨੂੰ ਜਿਹੜਾ ਭਰੋਸਾ ਨੌਕਰੀ ਦੇ ਤਾਂ ਅਸੀਂ ਕਰਦੇ ਹਾਂ ਆਉਂਦੇ ਦਿਨਾਂ 'ਚ ਦੇਵਾਂਗੇ। ਤਾਂ ਸਿੱਧੂ ਸਾਹਿਬ ਫਿਰ ਇਸ ਤੋਂ ਸਾਫ ਆ ਕਿ ਮੁੱਖ ਮੰਤਰੀ ਸਾਹਿਬ ਦੇ ਸਾਰੇ ਡਰਾਮੇ ਜਿਹੜੇ ਨੇ ਉਹਨਾਂ ਦੇ ਪਰਦੇ ਫਾਸ਼ ਹੋ ਜਾਂਦੇ ਆ। ਚਰਨਜੀਤ ਸਿੰਘ ਚੰਨੀ ਦੇ ਸੰਦਰਭ 'ਚ ਮੈਂ ਤਾਂ ਗੱਲ ਕੀਤੀ ਸਿੱਧੂ ਸਾਹਿਬ ਕਿ ਉਸ ਵਕਤ ਮੁੱਖ ਮੰਤਰੀ ਸਾਹਿਬ ਨੇ ਬੜਾ ਰੌਲਾ ਜਿਹੜਾ ਪਾਇਆ ਸੀ ਕਿ ਹਾਂ ਵੀ ਖਿਡਾਰੀਆਂ ਨਾਲ ਇਹ ਹੋ ਰਿਹਾ, ਖਿਡਾਰੀਆਂ ਨਾਲ ਇਹ ਹੋ ਰਿਹਾ, ਤੇ ਜਦੋਂ ਹੁਣ ਆਪਣੀ ਵਾਰੀ ਆਈ ਆ ਤਾਂ ਸਿੱਧੂ ਸਾਹਿਬ ਉਸ ਵਕਤ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ। ਤੇ ਦੂਜੇ ਪਾਸੇ ਹਾਕੀ ਖਿਡਾਰੀਆਂ ਨੂੰ ਹੌਸਲਾ ਅਫਜਾਈ ਵਾਸਤੇ ਬਿਆਨ ਤਾਂ ਉਹ ਉਦਾਰਦੇ ਆ, ਪਰ ਸ਼ਾਇਦ ਹੁਣ ਉਹ ਗੱਲਾਂ ਠੀਕ ਲੱਗ ਰਹੀਆਂ ਨੇ ਸਿਆਸੀ ਤੌਰ ਤੇ ਕਿ ਜਿਸ ਕਰਕੇ ਆਮ ਲੋਕ ਸੋਚਦੇ ਜਾਂ ਕੇਂਦਰ ਸਰਕਾਰ ਸੋਚਦੀ ਆ ਕਿ ਜੇਕਰ ਭਗਵੰਤ ਮਾਨ ਹੁਣੀ ਉੱਥੇ ਜਾਂਦੇ ਆ ਤਾਂ ਉੱਥੇ ਵੀ ਇਹਨਾਂ ਨੇ ਸਿਆਸੀ ਲਾਹਾ ਹੀ ਲੈਣਾ, ਤੇ ਜਿਸ ਤਰੀਕੇ ਦਾ ਸਿਆਸੀ ਲਾਹਾ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਤੇ ਇਲਜ਼ਾਮ ਲਾ ਕੇ ਜਿਹੜਾ ਲਾਇਆ ਸੀ, ਸੋ ਸਿੱਧੂ ਸਾਹਿਬ ਸਥਿਤੀਆਂ ਤਾਂ ਫਿਰ ਉਹੋ ਜਿਹੀ ਗਏ ਨੇ। ਚਲੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਘੱਟੋ ਘੱਟ ਲੋਕਾਂ ਨਾਲ ਜਾਂ ਹੋਰ ਕਿਸੇ ਪੱਖ ਤੋਂ ਤਾਂ ਵਾਅਦੇ ਖਿਲਾਫੀ ਹੋ ਸਕਦੀ ਆ, ਪਰ ਉਹਨਾਂ ਖਿਡਾਰੀਆਂ ਦੇ ਨਾਲ ਘੱਟੋ ਘੱਟ ਵਾਅਦਾ ਖਿਲਾਫੀ ਨਾ ਕਰੋ ਜਿਨ੍ਹਾਂ ਨੇ ਪੰਜਾਬ ਦਾ ਨਾਂ ਤੇ ਦੇਸ਼ ਦਾ ਨਾਂ ਉੱਚਾ ਕੀਤਾ, ਤੇ ਜਦੋਂ ਦੇਸ਼ ਦਾ ਨਾਂ ਉੱਚਾ ਹੁੰਦਾ, ਪੰਜਾਬ ਦਾ ਨਾਂ ਉੱਚਾ ਹੁੰਦਾ, ਤਾਂ ਫਿਰ ਸਿੱਧੂ ਸਾਹਿਬ ਉੱਥੇ ਮੁੱਖ ਮੰਤਰੀ ਦਾ ਨਾਂ ਵੀ ਉੱਚਾ ਹੁੰਦਾ ਆ। ਸੋ ਇਸ ਕਰਕੇ ਜਿਹੜੇ ਖਿਡਾਰੀ ਅਜੇ ਵਾਪਸ ਪਰਤ ਕੇ ਆਉਣੇ ਆ, ਜੇਕਰ ਇਹ ਗਲਤੀ ਤੁਹਾਡੇ ਕੋਲ ਅੱਜ ਹੋ ਗਈ ਤਾਂ ਭਵਿੱਖ ਵਿੱਚ ਇਹ ਗਲਤੀ ਸੁਧਾਰ ਲਓ, ਤਾਂ ਜੋ ਘੱਟੋ ਘੱਟ ਖਿਡਾਰੀ ਤਾਂ ਇਹ ਮਾਣ ਨਾਲ ਕਹਿ ਸਕਣ ਕਿ ਹਾਂ ਵੀ ਇਹ ਉਹ ਵਿਅਕਤੀ ਨੇ ਜਿਹਨਾਂ ਨੇ ਖਿਡਾਰੀਆਂ ਨੇ ਸੁਣੀ। ਇਹਦੇ ਨਾਲ ਤਾਂ ਮੈਨੂੰ ਕੈਪਟਨ ਅਮਰਿੰਦਰ ਸਿੰਘ ਦਾ ਚੇਤਾ ਆਉਂਦਾ, ਇੱਕ ਪਤਾ ਨਹੀਂ ਉਹਨਾਂ ਨੇ ਵੀ ਪ੍ਰੋਗਰਾਮ ਕੀਤਾ ਸੀ, ਪਤਾ ਨਹੀਂ ਖਿਡਾਰੀ ਕਿੱਥੋਂ ਜਿੱਤ ਕੇ ਆਏ ਤਾਂ ਉਹਨਾਂ ਨੇ ਖਾਣਾ ਖੁਣਾ ਬਣਾ ਕੇ ਜਿਹੜਾ ਉਹਨਾਂ ਨੂੰ ਘਰ ਖਵਾਇਆ ਸੀ, ਅੱਜ ਤੱਕ ਮੈਨੂੰ ਇਹ ਯਾਦ ਆ। ਪਰ ਖੈਰ ਮੁੱਖ ਮੰਤਰੀ ਸਾਹਿਬ ਦਾ ਇਹ ਪੜਦਾ ਜ਼ਰੂਰ ਫਾਸ਼ ਹੋ ਗਿਆ ਕਿ ਖੇਡ ਨੀਤੀ ਦੇ ਪ੍ਰਤੀ ਉਹਨਾਂ ਦਾ ਰਵੱਈਆ ਅਸਲ ਵਿੱਚ ਹੈ ਕੀ। ਜੀ ਬਿਲਕੁਲ ਬਿਲਕੁਲ, ਚਲੋ ਉਧਰ ਅਣਖੀ ਸਾਹਿਬ ਇਹ ਗੱਲਾਂ ਸੋਚਣ ਦੀ ਲੋੜ ਹੈ, ਸਿਰਫ ਗੱਲਾਂ ਕਰਨ ਦੀ ਲੋੜ ਨਹੀਂ, ਇਹ ਗੱਲਾਂ ਕਰਨ ਦੀ ਲੋੜ ਨਹੀਂ ਇਕੱਲੇ, ਔਰ ਇਹਦੇ ਤੇ ਅਮਲੀ ਜਾਮਾ ਪਹਿਨਾਉਣ ਦੀ ਜਿਹੜੀ ਉਹ ਲੋੜ ਹੈਗੀ ਹੈ। ਇਹਦੇ ਤੇ ਅਸੀਂ ਸਪੈਸ਼ਲ ਐਪੀਸੋਡ ਲੈ ਕੇ ਆ ਰਹੇ ਹਾਂ ਕਿ ਪੰਜਾਬ ਦੀ ਸਪੋਰਟਸ ਦਿਨੋ ਦਿਨ ਕਿਵੇਂ ਨਿਗਾਰ ਵੱਲ ਜਿਹੜੀ ਆ ਉਹ ਵੱਧ ਰਹੀ ਹੈ। ਸਿਰਫ ਇਹੀ ਗੱਲਾਂ ਕਹੀ ਜਾਂਦੇ ਹਾਂ ਅਸੀਂ ਕਿ ਸਾਡੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਨੇ ਜੀ, ਇਸ ਕਰਕੇ ਜੀ ਨੌਜਵਾਨ ਸਾਡੇ ਬਾਹਰ ਜਾਈ ਜਾਂਦੇ ਆ ਜੀ, ਤੇ ਸਾਡੀ ਸਪੋਰਟਸ ਪਿੱਛੇ ਰਹਿ ਗਈ। ਇਹ ਸਿਸਟਮ ਦਾ ਕਸੂਰ ਹੈ, ਇਹ ਸਿਸਟਮ ਦਾ ਕਸੂਰ ਹੈ। ਜਦੋਂ ਅਸੀਂ ਅਨੁਕੂਲ ਪਰਿਸਥਿਤੀਆਂ ਉਹਨਾਂ ਨੂੰ ਇੱਥੇ ਨਹੀਂ ਦੇ ਰਹੇ ਤਾਂ ਫਿਰ ਨੌਜਵਾਨੀ ਜਿਹੜੀ ਆ ਉਹ ਗੜਕੀ ਰਹੀ ਹੈ। ਇਸ ਕਰਕੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਲੀਡਰਾਂ ਦਾ, ਔਰ ਖਾਸ ਕਰਕੇ ਭਗਵੰਤ ਮਾਨ ਵਰਗੇ ਲੀਡਰਾਂ ਦਾ, ਜਿਹੜੇ ਇਸ ਤਰੀਕੇ ਨਾਲ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਆਏ, ਸਿਰਫ ਝੂਠੇ ਡਰਾਮੇ ਕਰਦੇ ਆ, ਕੰਮ ਕੋਈ ਜਿਹੜਾ ਉਹ ਕਰਦੇ ਨਹੀਂ। ਚਲੋ ਅਗਲੀ ਖਬਰ ਲੈ ਲੈਣੇ ਅਣਖ ਸਾਹਿਬ। ਵਿਧਾਨ ਸਭਾ ਕਮੇਟੀ ਨੇ ਸਪੀਕਰ ਸਾਹਿਬ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ, ਮਾਮਲਾ 650 ਕਰੋੜ ਦਾ ਹੈ, ਇਹ ਚੱਕਰ ਕੀ ਹੈ, ਪੂਰੀ ਕਹਾਣੀ ਕੀ ਹੈ, ਸਾਡੇ ਦਰਸ਼ਕਾਂ ਨਾਲ ਸਾਂਝੀ ਕਰਿਓ। ਸਿੱਧੂ ਸਾਹਿਬ ਬੜਾ ਵਧੀਆ ਆ ਇੱਕ ਪ੍ਰਸ਼ਨ ਜਿਹੜਾ ਤੁਸੀਂ ਕੀਤਾ ਕਿ ਜਿਹੜੀ ਵਿਧਾਨ ਸਭਾ ਕਮੇਟੀ ਨੇ ਇੱਕ ਸਿਫਾਰਿਸ਼ ਕੀਤੀ ਹੈ ਚਿੱਠੀ ਲੈ ਕੇ ਸਪੀਕਰ ਸਾਹਿਬ ਨੂੰ ਕਿ CBI ਜਾਂ ED ਦੀ ਜਾਂਚ ਹੋਣੀ ਚਾਹੀਦੀ ਹੈ। ਮਸਲਾ ਸਿੱਧੂ ਸਾਹਿਬ ਲੁਧਿਆਣੇ ਦੇ ਬੁੱਢੇ ਨਾਲੇ ਦਾ ਹੈਗਾ। ਬੁੱਢੇ ਨਾਲੇ ਦਾ ਸਫਾਈ ਕਰਨ ਦਾ ਪ੍ਰਬੰਧ ਅੱਜ ਤੋਂ 4 ਸਾਲ ਪਹਿਲਾਂ ਜਿਹੜੀ ਉਸ ਸਮੇਂ ਦੀ ਸਰਕਾਰ ਸੀ, ਸਿੱਧੂ ਸਾਹਿਬ ਉਹਨਾਂ ਨੇ 650 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਉਹ ਤਾਰਤ ਕੀਤਾ, ਉਲੀਕਿਆ ਕਿ ਬੁੱਢੇ ਨਾਲੇ ਦੀ ਸਫਾਈ ਕਰਕੇ ਇਸ ਨੂੰ ਬੁੱਢੇ ਦਰਿਆ ਦੇ ਵਿੱਚ ਤਬਦੀਲ ਜਿਹੜਾ ਉਹ ਕਰ ਦੇਣਾ। 650 ਕਰੋੜ ਰੁਪਏ ਸਿੱਧੂ ਸਾਹਿਬ ਇਹਦੇ ਵਾਸਤੇ ਬਕਾਇਦਾ ਤੌਰ ਤੇ ਰੱਖੇ ਗਏ, ਤੇ 4 ਸਾਲ ਬੀਤ ਜਾਣ ਦੇ ਬਾਅਦ ਔਰ 99% ਰਾਸ਼ੀ ਖਤਮ ਹੋ ਚੁੱਕੀ ਆ, ਤਾਂ ਸਿੱਧੂ ਸਾਹਿਬ ਅਜੇ ਉਹ ਜਿਹੜਾ ਪ੍ਰੋਜੈਕਟ ਆ ਉਹ ਮੁਕੰਮਲ ਹੀ ਨਹੀਂ ਹੋਇਆ, ਉਹਦੀ ਸਫਾਈ ਜਿਹੜੀ ਆ ਉਹ ਨਹੀਂ ਹੋਈ। ਹੁਣ 650 ਕਰੋੜ ਰੁਪਏ ਸਿੱਧੂ ਸਾਹਿਬ ਇੱਕ ਛੋਟੀ ਰਕਮ ਜਿਹੜੀ ਨਹੀਂ ਹੈਗੀ, ਬੜੀ ਵੱਡੀ ਰਕਮ ਆ, ਤਾਂ ਉਹ ਰਕਮ ਜਿਹੜੀ ਆ ਸਿੱਧੂ ਸਾਹਿਬ ਉਹ ਖਰਚੀ ਵੀ ਜਾ ਚੁੱਕੀ ਹੈ।
ਕਹਿੰਦੇ ਤੇ ਦੂਜੇ ਪਾਸੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ ਹਾਂ ਭਈ ਇਹ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਜਿਹੜਾ 99% ਖਤਮ ਵੀ ਹੋ ਚੁੱਕਾ, ਕੇਵਲ 1 ਜਾਂ 2% ਜਿਹੜਾ ਰਹਿੰਦਾ, ਜਦੋਂ ਕਿ ਜ਼ਮੀਨੀ ਹਕੀਕਤ ਹੈ ਸਿੱਧੂ ਸਾਹਿਬ ਉਸ ਦੀ ਬੁੱਢੇ ਨਾਲੇ ਦੀ ਸਥਿਤੀ ਉਸੇ ਤਰੀਕੇ ਦੀ ਹੈ ਜਿਹੜੀ 2020 ਦੇ ਵਿੱਚ ਸੀ। ਹੁਣ ਇਸ ਗੱਲ ਨੂੰ ਲੈ ਕੇ 2020 ਦੇ ਵਿੱਚ ਜਿਹੜੀ ਸਰਕਾਰ ਸੀ ਉਸ ਵੇਲੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ 3 ਮਹੀਨਿਆਂ ਵਾਸਤੇ ਜਾਂ 24 ਮਹੀਨਿਆਂ ਵਾਸਤੇ ਬਣਦੇ ਆ, ਪਰ ਉਹ ਬੁੱਢੇ ਨਾਲੇ ਦੀ ਜਿਹੜੀ ਸਫਾਈ ਹੈ ਸਿੱਧੂ ਸਾਹਿਬ ਹੋਈ ਨਹੀਂ ਤੇ ਉਹ 650 ਕਰੋੜ ਰੁਪਇਆ ਪਤਾ ਨਹੀਂ ਕਿੱਥੇ ਚਲਾ ਗਿਆ। ਹੁਣ ਉਸ ਗੱਲ ਨੂੰ ਲੈ ਕੇ ਵਿਧਾਨ ਸਭਾ ਦੇ ਜਿਹੜੇ ਵਿਧਾਨ ਸਭਾ ਕਮੇਟੀ ਆ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਸਪੀਕਰ ਨੂੰ ਲਿਖੀ ਹੈ ਕਿ ਹਾਂ ਭਈ ਇਹ ਸਪੀਕਰ ਸਾਹਿਬ ਇਸ ਮਸਲੇ ਦੀ ਜਾਂਚ ਜਿਹੜੀ ਕਰਵਾਈ ਜਾਏ। ਹੁਣ ਬੜੀ ਹੈਰਾਨਗੀ ਦੀ ਸਿੱਧੂ ਸਾਹਿਬ ਗੱਲ ਹੈ, ਵਿਧਾਨ ਸਭਾ ਕਮੇਟੀ ਨੇ ਇਹਦੇ ਵਿੱਚ ਵਿਜੀਲੈਂਸ ਦੀ ਗੱਲ ਨਹੀਂ ਕੀਤੀ, ਉਹਨਾਂ ਨੇ CBI ਦੀ ਗੱਲ ਕੀਤੀ ਹੈ ਕਿ CBI ਨੂੰ ਇਹ ਕੇਸ ਜਿਹੜਾ ਉਹ ਦੇ ਦਿੱਤਾ ਜਾਣਾ ਚਾਹੀਦਾ ਜਾਂ ED ਇਸ ਦੀ ਕਾਰਵਾਈ ਕਰੇ। ਹੁਣ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਵਿਰੋਧਾਭਾਸ ਹੈਗਾ, ਕਿਉਂਕਿ ਜੇਕਰ ਵਿਧਾਨ ਸਭਾ ਦੀ ਕਮੇਟੀ ਹਰ ਮੁੱਦੇ ਤੇ ਜਾਂ ਪੰਜਾਬ ਸਰਕਾਰ ਹਰ ਮੁੱਦੇ ਤੇ ਵਿਜੀਲੈਂਸ ਨੂੰ ਕੇਸ ਦਿੰਦੀ ਰਹੀ ਆ, ਪਰ ਇਸ ਮੁੱਦੇ ਤੇ ਉਹ CBI ਨੂੰ ਕਿਉਂ ਦੇ ਰਹੀ ਆ? ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਹੈ ਕਿ ਪੰਜਾਬ ਦੀ ਵਿਜੀਲੈਂਸ ਏਜੰਸੀ ਇਸ ਪੱਖ ਤੋਂ ਕਾਮਯਾਬ ਨਹੀਂ, ਇਸ ਪੱਖ ਤੋਂ ਯੋਗ ਨਹੀਂ ਹੈਗੀ ਕਿ ਇਹ ਸਾਰੇ ਮੁੱਦੇ ਦੀ ਉਹ ਜਾਂਚ ਕਰ ਸਕੇ। ਇਹ ਜਾਣ ਬੁੱਝ ਕੇ ਸਿੱਧੂ ਸਾਹਿਬ ਜਿਹੜੀਆਂ ਸਥਿਤੀਆਂ ਇਸ ਤਰੀਕੇ ਦੀਆਂ ਉਹ ਲਿਖੀਆਂ ਗਈਆਂ ਕਿ ਬਾਲ ਜਿਹੜਾ ਆ ਕੇਂਦਰ ਦੇ ਦਾਇਰੇ ਵਿੱਚ ਸੁੱਟਿਆ ਜਾਵੇ। ਹਾਲਾਂਕਿ 650 ਰੁਪਏ ਦਾ ਵਾਪਰ 650 ਕਰੋੜ ਦਾ ਕਪੜਾ ਆਪਣੇ ਆਪ ਵਿੱਚ ਬਹੁਤ ਵੱਡਾ। ਜੇਕਰ ਵਿਧਾਨ ਸਭਾ ਕਮੇਟੀ ਇਸ ਗੱਲ ਦੀ ਸਿਫਾਰਿਸ਼ ਕਰਦੀ ਆ ਤਾਂ ਸਪੀਕਰ ਸਾਹਿਬ ਨੂੰ ਚਾਹੀਦਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਆ, ਪਰ ਜਾਂਚ ਜਿਹੜੀ ਆ ਸਿੱਧੂ ਸਾਹਿਬ ਵਿਜੀਲੈਂਸ ਵੀ ਕਰ ਸਕਦੀ, ਪਰ ਵਿਜੀਲੈਂਸ ਨੂੰ ਨਾ ਕਰਾ ਕੇ ਇਸ ਕਮੇਟੀ ਨੇ ਖੁਦ ਬਖੁਦ ਜਿਹੜਾ ਆ ਇੱਕ ਅਸੀਂ ਕਹਿ ਸਕਦੇ ਕਿ ਨਵਾਂ ਦਿਸ਼ਾ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਇਹ ਮਸਲਾ ਕੇਂਦਰ ਨੂੰ ਦਿੱਤਾ ਜਾਵੇ। ਹੁਣ ਕੇਂਦਰ ਸਰਕਾਰ ਜੇਕਰ ਇਸ ਮੁੱਦੇ ਦੇ ਸਪੀਕਰ ਸਾਹਿਬ ਇਸ ਮੁੱਦੇ ਤੇ ਸਿਫਾਰਿਸ਼ ਕਰਦੇ ਆ CBI ਨੂੰ ਤਾਂ ਕੇਂਦਰ ਸਰਕਾਰ ਇਜਾਜ਼ਤ ਜਿਹੜੀ ਦੇ ਦਿੰਦੀ ਆ ਤਾਂ ਸਿੱਧੂ ਸਾਹਿਬ ਫਿਰ ਇਸ ਕਪੜੇ ਦੇ ਵਿੱਚ ਉਹੋ ਹੀ ਬੰਦੇ ਫਸਣਗੇ ਜਿਹੜੇ ਲੁਧਿਆਣੇ ਦੇ ਵਿੱਚ ਬੀਤੇ ਸਮੇਂ 'ਚ ਐਕਟਿਵ ਜਿਹੜੇ ਰਹੇ ਨੇ ਤੇ ਜਿਨ੍ਹਾਂ ਤੇ ਇਸ ਵੇਲੇ CBI ਦੀ ਜਾਂ ED ਦੀ ਜਿਹੜੀ ਆ ਦ੍ਰਿਸ਼ਟੀ ਜਿਹੜੀ ਆ ਉਹ ਕੈਰਵਾਨ ਹੋ ਰਹੀ ਹੈ, ਮੇਰੀ ਬਰਾਤ ਜਿਹੜੀ ਆ ਭਾਰਤ ਭੂਸ਼ਣ ਆਸ਼ਰਮ ਦੇ ਵੱਲ ਹੈਗੀ ਆ। ਪਰ ਸਥਿਤੀਆਂ ਸਿੱਧੂ ਸਾਹਿਬ ਇਸ ਖੇਤਰ ਦੇ ਵਿੱਚ ਜਿਹੜਾ 650 ਕਰੋੜ ਦਾ ਜਿਹੜਾ ਕਪੜਾ ਹੋਇਆ ਇਹਦੇ ਵਿੱਚ ਸਿੱਧੂ ਸਾਹਿਬ 2 ਅਧਿਕਾਰੀ ਵੀ ਜਿਹੜੇ ਉਹ ਬਦਲੇ ਜਾ ਚੁੱਕੇ ਆ, ਉਹਨਾਂ ਨੂੰ ਵੀ ਬਰਖਾਸਤ ਜਿਹੜਾ ਕੀਤਾ ਜਾ ਚੁੱਕਾ ਆ। ਆਪਣੇ ਆਪ ਦੇ ਵਿੱਚ ਇਹ ਕੇਸ ਜਿਹੜਾ ਬੜਾ ਮਹੱਤਵਪੂਰਨ ਕੇਸ ਹੈਗਾ, ਕਿਉਂਕਿ ਬੁੱਢੇ ਨਾਲੇ ਦੀ ਸਫਾਈ ਜਿਹੜੀ ਆ ਉੱਧਰ ਦੇ ਲੋਕਾਂ ਵਾਸਤੇ ਜ਼ਰੂਰੀ ਆ। ਜਦੋਂ ਕਿ ਸਰਕਾਰੀ ਇਹ ਤਰਕ ਦਿੰਦੇ ਆ ਕਿ ਹਾਂ ਭਾਈ ਅਸੀਂ ਸਫਾਈ ਕੀਤੀ ਪਰ ਜਿਹੜੀਆਂ ਅਣਅਧਿਕਾਰਤ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਦੁਬਾਰਾ ਇਹਨੂੰ ਆਣ ਕੇ ਦੂਸ਼ਿਤ ਕਰ ਰਿਹਾ ਇਸ ਪਾਣੀ ਨੂੰ, ਇਸ ਜਿਹੜਾ ਉਹਨਾਂ ਦੇ ਤਰਕ ਨਾਲ ਸਿੱਧੂ ਸਾਹਿਬ ਕਦੇ ਵੀ ਜਿਹੜਾ ਸਹਿਮਤ ਨਹੀਂ ਹੋਇਆ ਜਾ ਸਕਦਾ, ਕਿਉਂਕਿ 650 ਕਰੋੜ ਰੁਪਏ ਦੀ ਰਾਸ਼ੀ ਜੇਕਰ ਇਸ ਵਾਸਤੇ ਖਰਚੀ ਗਈ ਤੇ ਸਥਿਤੀਆਂ ਜ਼ਮੀਨੀ ਹਕੀਕਤ ਦੇ ਬਿਲਕੁਲ ਉਸਦੇ ਉਲਟ ਹੋਣ ਤਾਂ ਫਿਰ ਇਸ ਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਾਂ CBI ਕਰੇ, ED ਕਰੇ ਜਾਂ ਵਿਜੀਲੈਂਸ ਬਿਊਰੋ ਕਰੇ, ਸਿੱਧੂ ਸਾਹਿਬ ਸੱਚ ਜਿਹੜਾ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਔਰ ਜਿਹੜੇ ਇਹਦੇ ਵਾਸਤੇ ਜ਼ਿੰਮੇਵਾਰ ਅਧਿਕਾਰੀ ਨੇ ਜਾਂ ਜੋ ਵੀ ਹਨ ਉਹ ਸਜ਼ਾਵਾਂ ਦੇ ਹੱਕਦਾਰ ਸਿੱਧੂ ਸਾਹਿਬ ਜ਼ਰੂਰ ਹੋਣੀ ਚਾਹੀਦੀ ਹੈ ਔਰ ਨਿਰਪੱਖ ਜਾਂਚ ਸਿੱਧੂ ਸਾਹਿਬ ਹੋਣੀ ਚਾਹੀਦੀ ਆ, ਭਾਈ ਉਹ ਵਿਅਕਤੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ। ਜੀ ਉੱਧਰ ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ, ED ਦੇ ਵੱਲੋਂ ਰਿਮਾਂਡ ਤੇ ਚੱਲ ਰਹੇ ਨੇ ਔਰ ਕੀ ਕੁਝ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਜੀ ਹਾਲੇ ਤੱਕ ਦੀ ਜਾਂਚ ਦੇ ਵਿੱਚ? ਸਿੱਧੂ ਸਾਹਿਬ ਜਦੋਂ ਭਾਰਤ ਭੂਸ਼ਣ ਆਸ਼ੂ ਦੀ ਮੈਂ ਖਬਰ ਦੇਖੀ ਤਾਂ ਮੈਨੂੰ ਉਹ ਵਕਤ ਯਾਦ ਆ ਗਿਆ ਕਿ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਗ੍ਰਿਫਤਾਰ ਕਰਦੀ ਤੇ ਸਭ ਤੋਂ ਪਹਿਲਾਂ ਰਮਨੀਤ ਸਿੰਘ ਬਿੱਟੂ ਜਾ ਕੇ ਇਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰਨਾ ਤੇ ਪਰ ਅੱਜ ਵੇਖ ਲਓ ਭਾਰਤ ਭੂਸ਼ਣ ਆਸ਼ੂ ਨੂੰ ED ਸੱਦਦੀ ਆ ਜਾਂਚ ਵਾਸਤੇ ਤੇ ਉੱਥੋਂ ਹੀ ਫੜ ਕੇ ਗ੍ਰਿਫਤਾਰ ਕਰ ਦਿੰਦੀ ਤੇ 5 ਦਿਨ ਦੇ ਰਿਮਾਂਡ ਤੇ ਪੁੱਛਗਿੱਛ ਕਰਦੀ ਹੈ ਤੇ ਦੂਜੇ ਪਾਸੇ ਉਹਦਾ ਲੰਗੋਟੀਆ ਜਾਂ ਰਮਨੀਤ ਬਿੱਟੂ ਜਿਹੜਾ ਹੁਣ ਕੇਂਦਰ ਦੇ ਵਿੱਚ ਮੰਤਰੀ ਬਣਿਆ ਇੱਕ ਵਾਰੀ ਵੀ ਉਸਦੀ ਜ਼ਬਾਨ ਜਿਹੜੀ ਆ ਉਹ ਨਹੀਂ ਖੋਲੀ ਕਿ ਹਾਂ ਭਈ ਗ੍ਰਿਫਤਾਰੀ ਉਦੋਂ ਸਥਿਤੀਆਂ ਤੁਸੀਂ ਵੇਖ ਲਓ ਕੁਝ ਹੋਰ ਸੀ ਤੇ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਨਾ ਤਾਂ ਹੁਣ ਰਾਜਾ ਵੜਿੰਗ ਖਲੋਤਾ ਨਜ਼ਰ ਆਉਂਦਾ ਤਾਂ ਹੀ ਕਾਂਗਰਸ ਪਾਰਟੀ ਦਾ ਕੋਈ ਹੋਰ ਨੇਤਾ। ਹੁਣ ਇਸ ਰਿਮਾਂਡ ਦੇ ਵਿੱਚ ਜਿਹੜਾ ਪੁੱਛਗਿੱਛ ED ਨੇ ਕੀਤੀ ਆ ਸਿੱਧੂ ਸਾਹਿਬ ਇਹਦੇ ਵਿੱਚ ਤਾਂ ਖੁਲਾਸੇ ਜਿਹੜੇ ਨੇ
ਉਹ ਤਾਂ ਪਹਿਲਾਂ ਨਾਲੋਂ ਵੀ ਹੈਰਾਨੀਜਨਕ ਨੇ। ਪਹਿਲਾਂ ਤਾਂ ਇਹ ਸੀ ਕਿ ਢੋਆ ਢਵਾਈ ਆਟੋਆਂ 'ਤੇ ਹੋ ਗਈ, ਸਕੂਟਰਾਂ 'ਤੇ ਹੋ ਗਈ, ਹੁਣ ਸਿੱਧੂ ਸਾਹਿਬ ਇਹ ਪਤਾ ਲੱਗਾ ਕਿ ਸੋਨੇ ਦੇ ਵੱਡੇ ਜਿਹੜੇ ਨੇ ਸਿੱਕੇ ਜਿਹੜੇ ਨੇ ਉਹ ਸਿੱਧੂ ਸਾਹਿਬ ਬਰਾਮਦ ਹੋਏ ਨੇ। ਦੂਜੇ ਪਾਸੇ ਉਹਨਾਂ ਦੀ ਸੱਸ ਉਹਦੇ ਕਰੀਬੀ ਰਿਸ਼ਤੇਦਾਰਾਂ ਤੋਂ ਸਿੱਧੂ ਸਾਹਿਬ ਪੁੱਛਗਿੱਛ ਜਿਹੜੀ ਹੋਈ ਆ, ਭਾਰਤ ਭੂਸ਼ਣ ਦੀ ਜਿਹੜੀ ਸੱਸ ਦੇ ਚਲੋ ਖਾਤੇ ਖੰਗਾਲੇ ਗਏ, ਤਾਂ ਉਹਨਾਂ ਦੇ ਵਿੱਚੋਂ ਸਿੱਧੂ ਸਾਹਿਬ ਲੱਖਾਂ ਰੁਪਈਆਂ ਦੀ ਜਿਹੜੀ ਟ੍ਰਾਂਜੈਕਸ਼ਨ ਜਿਹੜੀ ਉਹ ਹੋਈ ਹੈ, ਜਿਹੜੀ ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀਆਂ ਤੋਂ। ਤੇ ਜਦੋਂ ਉਸਦੀ ਸੱਸ ਨੂੰ ਇਹ ਪੁੱਛਿਆ ਗਿਆ ਕਿ ਇਹ ਪੈਸਾ ਤੁਹਾਡੇ ਖਾਤਿਆਂ ਚੋਂ ਕਿੱਥੋਂ ਆਇਆ, ਉਹ ਕਹਿੰਦੀ ਸੀ ਇਹਦਾ ਨਹੀਂ ਮੈਨੂੰ ਪਤਾ, ਆਇਆ ਜ਼ਰੂਰ ਆ ਪਰ ਇਹ ਕੰਮ ਜਿਹੜਾ ਸਾਰਾ ਮੇਰਾ ਮੁੰਡਾ ਵੇਖਦਾ ਰਿਹਾ। ਇਹੋ ਚੀਜ਼ਾਂ ਸਿੱਧੂ ਸਾਹਿਬ ਜਿਹੜੇ ਨੇ ਸੁਨਿਆਰਿਆਂ ਤੋਂ ਵੀ ਉਹਨਾਂ ਨੇ ਜਿਹੜੀ ਪੁੱਛਗਿੱਛ ਕੀਤੀ ਆ, ਤੇ ਸੁਨਿਆਰਾਂ ਨੇ ਇਹ ਇਲਜ਼ਾਮ ਲਾਇਆ ਕਿ ਇਹ ਜਿਹੜੇ ਸੋਨੇ ਦੇ ਸਿੱਕੇ ਜਾਂ ਸੋਨੇ ਜਿਹੜੀ ਜਿਹਨਾਂ ਦੀ ਕਰੋੜਾਂ ਰੁਪਈਆ ਕੀਮਤ ਬਣਦੀ ਆ, ਇਹ ਉਹਨਾਂ ਦੀਆਂ ਐਂਟਰੀਆਂ ਖਾਤਿਆਂ ਦੇ ਵਿੱਚ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਕਹਿਣ ਤੇ ਕੀਤੀਆਂ ਤੇ ਜਾਲੀ ਐਂਟਰੀਆਂ ਕੀਤੀਆਂ। ਇਹ ਨਹੀਂ ਦੱਸਿਆ ਗਿਆ ਕਿ ਇਹ ਸੋਨਾ ਕਿੱਥੋਂ ਆਇਆ ਤੇ ਕਿਸ ਤਰੀਕੇ ਨਾਲ ਆਇਆ। ਇਸ ਤੋਂ ਇਲਾਵਾ ਜ਼ਮੀਨ ਕੁਝ ਖਰੀਦੀ ਔਰ 20 ਮਾਰਚ ਤੋਂ ਸਿੱਧੂ ਸਾਹਿਬ ਕਹਿੰਦੇ ਨੇ ਕਿ ਈਡੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕਰ ਰਹੀ ਆ, ਭਾਵ ਚੋਣਾਂ ਤੋਂ ਪਹਿਲਾਂ ਦੀ ਚੁੱਪ ਗਰੁੱਪ ਉਹ ਜਾਂਚ ਕਰ ਰਹੀ ਆ। ਹੁਣ ਇਸ ਜਾਂਚ ਦੇ ਘੇਰੇ ਦੇ ਵਿੱਚ ਜਿੱਥੇ ਭਾਰਤ ਭੂਸ਼ਣ ਆਸ਼ੂ ਵੱਲੋਂ ਨਜਾਇਜ਼ ਟ੍ਰਾਂਜੈਕਸ਼ਨ ਸੋਨੇ ਦੀਆਂ ਵੱਡੀਆਂ ਵੱਡੀ ਜਿਹੜੇ ਕੋਇਨਸ ਜਾਂ ਇੱਟਾਂ ਕਹਿ ਸਕਦੇ, ਬਿਸਕੁਟ ਕਹਿ ਸਕਦੇ ਹਾਂ ਉਹ, ਔਰ ਜ਼ਮੀਨੀ ਜਾਇਦਾਦ ਨੂੰ ਲੈ ਕੇ ਬੇਨਾਮੀ ਜ਼ਮੀਨੀ ਜਾਇਦਾਦ ਨੂੰ ਲੈ ਕੇ ਸਿੱਧੂ ਸਾਹਿਬ ਖੁਲਾਸੇ ਜਿਹੜੇ ਨੇ ਉਹ ਸਾਹਮਣੇ ਆਏ ਨੇ। ਤਾਂ ਹੋ ਸਕਦਾ ਕਿ ਆਉਂਦਿਆਂ ਦਿਨਾਂ 'ਚ ਜਦੋਂ ਇਹ ਰਿਮਾਂਡ ਖਤਮ ਹੋਣਾ, ਈਡੀ ਦੁਬਾਰਾ ਭਾਰਤ ਭੂਸ਼ਣ ਆਸ਼ੂ ਦੇ ਰਿਮਾਂਡ ਦੀ ਮੰਗ ਕਰੇਗੀ, ਕਿਉਂਕਿ ਹੁਣ ਜਿਸ ਤਰੀਕੇ ਨਾਲ ਸਿਕੰਜਾ ਜਿਹੜਾ ਵਿਜੀਲੈਂਸ ਤੋਂ ਬਾਅਦ ਈਡੀ ਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਕੱਸਿਆ ਆ, ਔਰ ਜਿਸ ਤਰੀਕੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ, ਮੁਸ਼ਕਲਾਂ ਸਿੱਧੂ ਸਾਹਿਬ ਭਾਰਤ ਭੂਸ਼ਣ ਆਸ਼ੂ ਦੀਆਂ ਵਧਣਗੀਆਂ ਜ਼ਰੂਰ। ਔਰ ਸਿੱਧੂ ਸਾਹਿਬ ਇਹ ਵੀ ਗੱਲ ਜ਼ਰੂਰੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਹੋਵੇ, ਜਿਹੜਾ ਕੋਈ ਵੀ ਪਾਰਟੀ ਦਾ ਹੋਵੇ, ਜਿਸ ਨੇ ਇਹੋ ਜਿਹੀਆਂ ਹੇਰਾਫੇਰੀਆਂ ਕੀਤੀਆਂ ਨੇ, ਲੋਕਾਂ ਦੇ ਪੈਸੇ ਖਾਧੇ ਨੇ ਆਪਣੇ ਅਹੁਦੇ ਤੇ ਹੁੰਦਿਆਂ, ਸਿੱਧੂ ਸਾਹਿਬ ਉਹ ਸਖ਼ਤ ਤੋਂ ਜ਼ਿਆਦਾ ਭਾਗੀਦਾਰ ਜ਼ਰੂਰ ਬਣਨਾ ਚਾਹੀਦਾ। ਹੁਣ ਇਹ ਵੇਖਣਾ ਕਿ ਏਜੰਸੀਆਂ ਕੀ ਇਮਾਨਦਾਰੀ ਨਾਲ ਕੰਮ ਕਰਦੀਆਂ ਆ ਜਾਂ ਨਹੀਂ। ਇਸ ਕੇਸ ਦੇ ਵਿੱਚ ਭਾਵੇਂ ਅਰਵਿੰਦ ਕੇਜਰੀਵਾਲ ਹੋਵੇ, ਭਾਵੇਂ ਭਾਰਤ ਭੂਸ਼ਣ ਆਸ਼ੂ ਹੋਵੇ, ਕੋਈ ਹੋਵੇ, ਸਿੱਧੂ ਸਾਹਿਬ ਇਮਾਨਦਾਰੀ ਨਾਲ ਈਡੀ ਨੂੰ ਜਾਂਚ ਜਿਹੜੀ ਉਹ ਕਰਨੀ ਚਾਹੀਦੀ ਆ। ਔਰ ਕਿਉਂਕਿ ਭਾਰਤ ਭੂਸ਼ਣ ਆਸ਼ੂ ਦਾ ਜਦੋਂ ਮੰਤਰੀ ਸੀ ਤਾਂ ਕਿਹੋ ਜਿਹਾ ਇਸ ਦਾ ਰਵੱਈਆ ਸਿੱਧੂ ਸਾਹਿਬ ਸਾਹਮਣੇ ਆਉਂਦਾ ਰਿਹਾ, ਕਿਸ ਤਰੀਕੇ ਦੇ ਦੱਕੇਬਾਜ਼ੀਆਂ, ਜਿਸ ਤਰੀਕੇ ਦਾ ਤਾਨਾਸ਼ਾਹ ਰਵੱਈਆ ਸੀ, ਔਰ ਜੋ ਹੁਣ ਸੱਚ ਸਾਹਮਣੇ ਆਇਆ, ਸਭ ਵਾਕਿਆ ਹੀ ਹੈਰਾਨ ਕਰ ਦੇਣ ਵਾਲਾ ਕਿ ਬੰਦਾ ਆਪਣੇ ਆਪ ਨੂੰ ਸਾਫ਼ ਸੁਥਰਾ ਕਹਿਣ ਵਾਲਾ ਕਿਸ ਹੱਦ ਤੱਕ ਗਿਰ ਸਕਦਾ, ਕਿਸ ਹੱਦ ਤੱਕ ਲੋਕਾਂ ਦਾ ਲਹੂ ਚੂਸ ਕੇ ਆਪਣੀਆਂ ਤਜੋਰੀਆਂ ਜਿਹੜੀਆਂ ਭਰਦਾ ਰਿਹਾ ਹੈ। ਬਾਕੀ ਹੁਣ ਦੇਖੋ ਈਡੀ ਅਗਲੇ ਦਿਨਾਂ 'ਚ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਕਿਹੋ ਜਿਹਾ ਐਕਸ਼ਨ ਦਿੰਦੀ ਆ। ਬਾਕੀ ਹਾਂ, ਰਮਨੀਤ ਸਿੰਘ ਬਿੱਟੂ ਦੀ ਜਾਰੀ ਜਿਹੜੀ ਹੈ ਸਿੱਧੂ ਸਾਹਿਬ ਉਹ ਜ਼ਰੂਰ ਸਾਹਮਣੇ ਆ ਗਈ ਆ, ਲੱਡੂ ਮੌਕੇ 'ਤੇ ਜਰਾ ਨਹੀਂ ਟੁੱਟ ਗਈ ਜੀ। ਪ੍ਰੋਗਰਾਮ ਦੇ ਵਿੱਚ ਜੁੜੇ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਮਨਜੀਤ ਸਿੰਘ ਗਣਕੀ ਸਾਹਿਬ ਜਿਹਨਾਂ ਦੇ ਵੱਲੋਂ ਖਬਰਾਂ ਤੇ ਗੱਲਬਾਤ ਕੀਤੀ ਗਈ, ਉਮੀਦ ਕਰਦੇ ਹਾਂ ਗਣਕੀ ਸਾਹਿਬ ਨੇ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।